ਅਸੀਂ ਇਸ ਟਾਈਮ ਮੌਜੂਦ ਹਾਂ ਫਿਰੋਜ਼ਪੁਰ ਮੋਗਾ ਰੋਡ 'ਤੇ ਪਿੰਡ ਖੁਖਰਾਣੇ ਦੇ ਕੋਲ ਜਿੱਥੋਂ ਕਿ ਪ੍ਰਸ਼ਾਸਨ ਵੱਲੋਂ ਰੂਟ ਡਾਈਵਰਟ ਕੀਤਾ ਗਿਆ ਕਿਉਂਕਿ ਅੱਗੇ ਇਸ ਤੋਂ 7 ਕਿਲੋਮੀਟਰ ਤਕਰੀਬਨ ਅੱਗੇ ਜਾ ਕੇ ਜਿਹੜੇ ਕਿਸਾਨ ਨੇ ਡਗਰੂ ਵਿਖੇ ਜਿਹੜੇ ਆ ਧਰਨੇ 'ਤੇ ਬੈਠੇ ਹੋਏ ਨੇ ਔਰ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਔਰ ਪ੍ਰਸ਼ਾਸਨ ਵੱਲੋਂ ਕਿਸੇ ਨੂੰ ਸਮੱਸਿਆ ਨਾ ਆਵੇ ਉਹਦੇ ਲਈ ਰੂਟ ਡਾਈਵਰਟ ਕੀਤਾ। ਅਗਰ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਤੋਂ ਜਿਹੜੇ ਲੋਕ ਤਲਵੰਡੀ ਤੋਂ ਮੋਗਾ ਜਾ ਰਹੇ ਆ ਜਾਂ ਉਹਨਾਂ ਨੇ ਅੱਗੇ ਲੁਧਿਆਣੇ ਜਾਣਾ ਤਾਂ ਉਹਨਾਂ ਲਈ ਇਹ ਰੂਟ ਡਾਈਵਰਟ ਕੀਤਾ, ਪਿੰਡ ਖੁਖਰਾਣਾ ਦੇ ਕੋਲੋਂ ਰੂਟ ਡਾਈਵਰਟ ਕੀਤਾ। ਰੂਟ ਡਾਈਵਰਟ ਕਰਕੇ ਇਹ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਅੱਗੇ ਤੁਸੀਂ ਮੋਗਾ ਤੋਂ ਫਿਰ ਲੁਧਿਆਣਾ ਅੱਗੇ ਜਾਓਗੇ, ਅਦਰਵਾਈਜ਼ ਤੁਹਾਨੂੰ ਪਿੰਡਾਂ ਦੇ ਵਿੱਚੋਂ ਹੋਣਾ ਪੈਣਾ, ਕਾਫੀ ਕਲਚਰ ਖਰਾਬੀ ਹੋ ਰਹੀ ਹੈ। ਬਾਈ ਜੀ ਨੂੰ ਪੁੱਛ ਲੈਂਦੇ ਆ, ਬਾਈ ਜੀ ਕਿੱਥੋਂ ਆਏ ਨੇ? ਵੀਰ ਜੀ ਕਿੱਥੋਂ ਆਏ ਹੋ, ਕਿੱਥੇ ਜਾਣਾ ਤੁਸੀਂ? ਅਸੀਂ ਆਪਣਾ ਫਿਰੋਜ਼ਪੁਰ ਤੋਂ ਆਏ ਜੀ, ਖੇਤੀਬਾੜੀ ਦਫ਼ਤਰ ਤੋਂ, ਅਤੇ ਬਰਨਾਲਾ ਜਾਣਾ। ਬਰਨਾਲਾ ਜਾਣਾ, ਤੁਹਾਨੂੰ ਪਤਾ ਸੀਗਾ ਕਿ ਅੱਜ ਰੋਡ ਜਾਮ ਹੋਣੇ ਆ, ਪੱਕਾ ਧਰਨਾ ਲੱਗਣਾ ਕਿਸਾਨਾਂ ਵੱਲੋਂ? ਨਹੀਂ ਸਰ। ਕਿੰਨੀ ਕੁ ਪਰੇਸ਼ਾਨੀ ਕਿੰਨੀ ਕੁ ਹੋ ਰਹੀ ਹੈ ਜੀ? ਇਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ ਪਰੇਸ਼ਾਨੀ ਹੋ ਰਹੀ ਕੀ। ਇੱਥੋਂ ਰੂਟ ਡਾਈਵਰਟ ਕਰ ਦਿੱਤਾ ਗਿਆ ਪਿੰਡਾਂ ਦੇ ਵਿੱਚ ਦੀ, ਤੁਹਾਨੂੰ ਪਤਾ ਕਿੱਥੋਂ ਦੀ ਜਾਣਾ ਹੈ ਜੀ? ਨਹੀਂ ਇਹ ਤਾਂ ਨਹੀਂ ਪਤਾ। ਨਹੀਂ ਪਤਾ? ਅਤੇ ਕਿੱਧਰ ਦੀ ਜਾਓਗੇ ਫਿਰ ਤੁਸੀਂ? ਐਂ ਤਾਂ ਲੱਭ ਲਾਂਗੇ ਲੋਕਲ ਹੀ ਆ, ਕੋਈ ਗੱਲ ਨਹੀਂ। ਪਰੇਸ਼ਾਨੀ ਕਿੰਨੀ ਹੋ ਰਹੀ ਹੈ? ਹਜੇ ਤਾਂ ਕੋਈ ਪਰੇਸ਼ਾਨੀ ਨਹੀਂ ਗੀ। ਕੋਈ ਪਰੇਸ਼ਾਨੀ ਨਹੀਂ? ਨਾ ਨਾ ਨਾ। ਜੇ ਕਿਸੇ ਦੀ ਜੈਨੂਇਨ, ਜੇ ਕਿਸੇ ਦੀ ਜੈਨੂਇਨ ਡਿਮਾਂਡ ਹੈਗੀ, ਠੀਕ ਹੈ ਨਾ, ਉਹਦੇ ਅਸੀਂ ਸਮਰਥਨ ਵੀ। ਤੁਸੀਂ ਸਮਰਥਨ ਕਰਦੇ ਹੋ ਕਿਸਾਨਾਂ ਦੀ? ਬਿਲਕੁਲ ਕਰਦੇ ਹਾਂ, ਕਿਸਾਨ ਖੁਦ ਨਾਲ ਅਸੀਂ, ਠੀਕ ਹੈ ਨਾ, ਜੇ ਉਹਦੀ ਜੈਨੂਇਨ ਹੈਗੀ ਅਤੇ ਡੈਮੋਕਰੇਟਿਕ ਢੰਗ ਨਾਲ, ਜੇ ਸਾਡਾ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨਾਲ ਦੀ ਨਾਲ ਜਿਸ ਤਰ੍ਹਾਂ ਇਹ ਵੀਰ ਜੀ ਖੜ੍ਹੇ ਸੀ ਸਪੋਰਟ ਕਰ ਰਿਹਾ, ਅਸੀਂ ਉਮੀਦ ਵੀ ਕਰਦੇ ਹਾਂ ਵੀ ਅੱਗੇ ਵੀ ਸਪੋਰਟ ਕਰਨਾ ਚਾਹੀਦਾ ਹੈ, ਔਰ ਸਰਕਾਰ ਕੋਲ ਵੀ ਇਹ ਕਰਦੇ ਹਾਂ ਵੀ ਇਹ ਮਸਲਾ ਆਵੇ ਹੀ ਨਾ, ਠੀਕ ਹੈ ਨਾ, ਇਹ ਜੇ ਮਸਲੇ ਆਉਣ ਹੀ ਨਾ, ਜੋ ਕਿਸਾਨ ਕਿਹੜਾ ਖੁਸ਼ੀ ਨਾਲ ਬੈਠੇ ਨੇ, ਖੁਦ ਕਿਸਾਨ ਹੋਣ ਦੇ ਨਾਤੇ ਅਸੀਂ ਇਹ ਵੀ ਕਹਿੰਦੇ ਹਾਂ, ਠੀਕ ਹੈ ਨਾ। ਬਿਲਕੁਲ, ਖੁਦ ਕਿਸਾਨ ਹੋਣ ਦੇ ਨਾਤੇ ਇਹ ਸਮਰਥਨ ਵੀ ਕਰਦੇ ਆ ਔਰ ਕਹਿੰਦੇ ਆ ਕਿ ਕੋਈ ਪਰੇਸ਼ਾਨੀ ਹਜੇ ਤਾਂ ਨਹੀਂ ਆ ਰਹੀ, ਕਿਉਂਕਿ ਰੂਟ ਡਾਈਵਰਟ ਜ਼ਰੂਰ ਕੀਤਾ ਪ੍ਰਸ਼ਾਸਨ ਨੇ ਔਰ ਰੂਟ ਡਾਈਵਰਟ ਤੋਂ ਬਾਅਦ, ਕਿਉਂਕਿ ਲੋਕਲ ਹੀ ਰਹਿਣ ਵਾਲੇ, ਇਹਨਾਂ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਆ ਰਹੀ। ਹੋਰ ਵੀਰ ਜੀ ਨਾਲ ਗੱਲ ਕਰ ਲੈਂਦੇ ਹਾਂ। ਵੀਰ ਜੀ ਇੱਕ ਮਿੰਟ, ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਔਰ ਕਿਹੜੀ ਜਗ੍ਹਾ ਜਾਣਾ, ਕਿੰਨੀ ਕੁ ਪਰੇਸ਼ਾਨੀ ਹੋ ਰਹੀ ਹੈ? ਫਿਰੋਜ਼ਪੁਰ ਤੋਂ ਆ ਰਹੇ ਜੀ, ਲੁਧਿਆਣੇ ਜਾਣਾ ਜੀ, ਅਸੀਂ ਅੱਗੇ ਬਹੁਤ ਲੇਟ ਸੀਗੇ, ਹੁਣ ਫਿਰ ਸਾਨੂੰ ਖੱਜਲ ਖਰਾਬੀ ਹੋ ਰਹੀ ਹੈ। ਕੋਈ ਜ਼ਰੂਰੀ ਕੰਮ ਜਾਣਾ ਸੀਗਾ? ਹਾਂਜੀ। ਅਤੇ ਹੁਣ ਤੁਹਾਨੂੰ ਪਤਾ ਰਾਸਤਾ ਕਿੱਧਰ ਦੀ ਜਾਣਾ? ਨਹੀਂ ਪਤਾ ਜੀ, ਹੁਣ ਤਾਂ ਗੱਡੀਆਂ ਮਗਰ ਲੱਗ ਕੇ ਜਾਣਾ ਪੈਣਾ। ਇਹ ਪਿੰਡਾਂ ਦੇ ਵਿੱਚ ਦੀ ਹੋ ਕੇ ਰੂਟ ਡਾਈਵਰਟ ਕੀਤਾ, ਕਿੱਥੇ ਨਿਕਲੋਗੇ, ਕੁਛ ਜਾਣਕਾਰੀ ਦਿੱਤੀ ਹੈ? ਕੋਈ ਨਹੀਂ, ਕਿਸੇ ਨੇ ਜਾਣਕਾਰੀ ਨਹੀਂ ਦਿੱਤੀ, ਸਾਨੂੰ ਬਸ ਕਹਿ ਦਿੱਤਾ ਇੱਧਰ ਨੂੰ ਮੁੜ ਜਾਓ। ਪਰੇਸ਼ਾਨੀ ਕਿੰਨੀ ਹੋ ਰਹੀ ਹੈ? ਬਹੁਤ ਪਰੇਸ਼ਾਨੀ ਹੋ ਰਹੀ ਹੈ। ਕੋਈ ਜਾਣਕਾਰੀ ਪਹਿਲਾਂ ਸੀਗੀ ਕਿ ਅੱਜ 1 ਵਜੇ ਤੋਂ ਪੱਕਾ ਧਰਨਾ ਲੱਗਣਾ? ਕੋਈ ਪਤਾ ਨਹੀਂ ਹੈਗਾ ਜੀ ਇੱਥੇ, ਇਹ ਤਾਂ ਹੁਣ ਆ ਕੇ ਆਉਣ ਦਾ ਸਪੋਰਟ ਪਤਾ ਲੱਗਾ ਸਾਨੂੰ। ਕੀ ਕਹੋਗੇ ਕਿ ਕਿਸਾਨ ਕਿਸ ਤਰ੍ਹਾਂ ਦਾ ਸਟੈਪ ਹੈ ਕਿਸਾਨਾਂ ਦਾ? ਇਹ ਸਾਨੂੰ ਹੁਣ ਪਤਾ ਹੀ ਨਹੀਂ ਗਾ ਸਰ, ਕਹਿੰਦੇ ਵਾਸਤੇ ਕਿਸਾਨਾਂ ਨੇ ਰੋਕ ਲਾਈ ਹੈ, ਕਿਸੇ ਚੀਜ਼ ਦਾ ਪਤਾ ਹੋਵੇ ਤਾਂ ਫਿਰ ਹੀ ਕਹਿੰਦੇ। ਕਿਸਾਨ ਕਹਿੰਦੇ ਮੰਡੀਆਂ 'ਚ ਸਾਡੀ ਫਸਲ ਪਈ ਉਹ ਚੱਕੀ ਨਹੀਂ ਆਉਂਦੀ। ਇਹ ਤਾਂ ਭਗਵੰਤ ਮਾਨ ਨੂੰ ਹੀ ਕਹਾਂਗੇ ਜੀ, ਜੇ ਵੋਟਾਂ ਲਈਆਂ ਨੇ ਹੁਣ ਉਹਦੇ ਬਾਰੇ ਕੁਛ ਕਰੇ ਵੀ ਨਾ। ਇਹ ਸਰਕਾਰ ਹੀ ਖੱਜਲ ਖੁਆਰ ਕਰ ਰਹੀ ਜੀ, ਇਹ ਤਾਂ ਸਰਕਾਰ ਬਾਰੇ, ਸਰਕਾਰ ਬਹੁਤ ਮਾੜੀ ਹੈ ਜੀ। ਇਹ ਤਾਂ ਅਸੀਂ ਸਾਰੇ ਪ੍ਰਸ਼ਾਸਨ ਨੂੰ, ਸਾਰੇ ਜਨਤਾ ਨੂੰ ਕਹਾਂਗੇ ਵੀ ਇਹਨਾਂ ਨੂੰ ਗਾਂ ਤੋਂ ਵੋਟਾਂ ਨਾ ਪਾਉਣ। ਇਹ ਸਰਕਾਰ ਦਾ ਨਿਕੰਮਾਪਨ ਸਾਹਮਣੇ ਆ ਰਿਹਾ ਜੀ। ਤੁਸੀਂ ਹੁਣ ਕਦੋਂ ਪਹੁੰਚੋਗੇ, ਕੁਛ ਪਤਾ ਹੈ ਆਈਡੀਆ? ਹੁਣ ਦੇਖੋ, ਪਹਿਲਾਂ ਸੜਕ 'ਤੇ ਚੜਾਂਗੇ ਫਿਰ ਹੀ ਪਤਾ ਲੱਗਣਾ ਜੀ। ਬਿਲਕੁਲ, ਕਿਤੇ ਨਾ ਕਿਤੇ ਪਰੇਸ਼ਾਨੀ ਲੋਕਾਂ ਨੂੰ ਜ਼ਰੂਰ ਆ। ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਕਿਸ ਤਰ੍ਹਾਂ, ਜਿਹੜੇ ਲੋਕ ਫਿਰੋਜ਼ਪੁਰ ਤੋਂ ਜਿਨ੍ਹਾਂ ਨੇ ਲੁਧਿਆਣੇ ਜਾਣਾ, ਮੋਗਾ ਜਾਣਾ, ਉਹਨਾਂ ਨੂੰ ਕਿੰਨੀ ਕੁ ਸਮੱਸਿਆ ਆ ਰਹੀ ਹੈ। ਹੋਰ ਵੀਰ ਜੀ ਨੇ ਇਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ ਕਿ ਕਿੰਨੀ ਕੁ ਸਮੱਸਿਆ ਆ ਰਹੀ ਹੈ, ਕੀ ਕਹਿਣਾ ਇਹਨਾਂ ਦਾ। ਇਹ ਬਾਈ ਜੀ ਵੀ ਖੜ੍ਹੇ ਨੇ, ਕਿਤੇ ਜਾਣਾ ਗੱਲ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਇਹਨਾਂ ਨਾਲ ਵੀ ਕੀ ਕਹਿਣਾ, ਹੋਰ ਲੋਕਾਂ ਨਾਲ ਗੱਲ ਕਰ ਲੈਂਦੇ ਹਾਂ। ਵੀਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਔਰ ਕਿਹੜੀ ਜਗ੍ਹਾ ਜਾਣਾ ਹੈ? ਫਿਰੋਜ਼ਪੁਰ ਜਾਣਾ ਹੈ, ਫਿਰੋਜ਼ਪੁਰ ਤੋਂ ਆ ਰਹੇ ਹਾਂ, ਬਰਨਾਲੇ ਜਾਣਾ ਅਸੀਂ। ਅਤੇ ਤੁਹਾਨੂੰ ਪਤਾ ਸੀ ਅੱਜ ਧਰਨਾ ਲੱਗਣਾ ਹੈ ਕਿ ਅੱਜ ਰੋਡ ਜਾਮ ਹੋਣਗੇ? ਅਤੇ ਮੈਂ ਤਾਂ ਕੋਈ ਆਈਡੀਆ ਨਹੀਂ ਸੀਗਾ। ਮੁਸ਼ਕਿਲ ਕਿੰਨੀ ਕਰ ਰਹੀ ਹੈ? ਮੁਸ਼ਕਿਲ ਹੀ ਹੈ, ਦਿੱਕਤ ਹੀ, ਪਰੇਸ਼ਾਨੀ ਹੁਣ, ਨਵੇਂ ਰੋਡ ਤੋਂ ਜਾਣਾ, ਕਿਸੇ ਨੂੰ ਵੇਟ ਕਰਾਂਗੇ ਕੋਈ, ਜਾਓ ਦੱਸੇ ਸਾਨੂੰ ਰਸਤਾ। ਖੁਖਰਾਣੇ ਦੇ ਕੋਲੋਂ ਰੂਟ ਡਾਈਵਰਟ ਕੀਤਾ, ਤੁਹਾਨੂੰ ਪਤਾ ਕਿੱਧਰ ਦੀ ਜਾਣਾ ਹੈ, ਕਿੱਧਰ ਦੀ ਨਹੀਂ? ਕੋਈ ਆਈਡੀਆ ਨਹੀਂ ਸਾਨੂੰ। ਕੋਈ ਆਈਡੀਆ ਨਹੀਂ? ਕਿਵੇਂ ਪਹੁੰਚੋਗੇ? ਹੁਣ ਦੇਖਦੇ ਹਾਂ, ਗੱਡੀ ਕੋਈ ਜਾਣ ਪਛਾਣ ਵਾਲੀ ਟੱਕਰੀ, ਉਹਨਾਂ ਨੂੰ ਰਸਤਾ ਪਤਾ ਹੋਵੇ ਤਾਂ ਉਹਨਾਂ ਨਾਲ। ਪਰੇਸ਼ਾਨੀ ਕਿੰਨੀ ਕਰ ਰਹੀ ਹੈ? ਪਰੇਸ਼ਾਨੀ ਹੈ ਜੀ, ਫੈਮਿਲੀ ਨਾਲ ਹੈ, ਸਾਰੇ ਬੱਚੇ ਨਾਲ ਨੇ, ਜਾ ਰਹੇ ਕਿਤੇ, ਬੈਠੇ ਹੋ, ਰਸਤੇ ਕੀ ਕਰੀਏ, ਸਾਰੀ ਦਿੱਕਤ ਹੀ ਇਸੇ ਗੱਲ ਦੀ ਹੈ। ਰੋਜ਼ ਦਾ ਹੀ ਰੋਲ ਹੋ ਗਿਆ, ਕਦੀ ਕਿਤੇ ਜਾਓ, ਦਿੱਲੀ ਵਗੈਰਾ ਜਾਓ, ਅੰਬਾਲੇ ਵੀ ਆਈਓ, ਪੂਰਾ ਵੱਲ ਕੇ ਜਾਓ, ਕਿਤੇ ਪਹੁੰਚਣਾ ਨਾ ਪਹੁੰਚ ਸਕੇ ਬੰਦਾ ਕੀ ਕਰੇ? ਕਈ ਲੋਕਾਂ ਦੀਆਂ ਟਿਕਟਾਂ ਬੁੱਕ ਹੁੰਦੀਆਂ, ਕਿਸੇ ਨੇ ਬਾਈ ਪਲੇਨ ਜਾਣਾ, ਕਿਸੇ ਨੇ ਬਾਈ ਟ੍ਰੇਨ ਜਾਣਾ, ਕਿਸੇ ਨੇ ਜ਼ਰੂਰੀ ਕੰਮਾਂ 'ਤੇ ਜਾਣਾ, ਦਿੱਕਤ ਕਿਤਨੀ ਆਉਂਦੀ ਆ? ਦਿੱਕਤ ਹੀ, ਪਰੇਸ਼ਾਨੀ ਹੈ ਜੀ, ਰੋਜ਼ ਦਾ ਹੀ ਕੰਮ ਹੋ ਗਿਆ, ਖਰਚੇ ਦਾ ਵੱਖਰਾ ਨੁਕਸਾਨ ਹੈ, ਟਾਈਮ ਦੀ ਵੱਖਰੀ ਵੇਸਟੇਜ ਹੈ, ਕੋਈ ਬਿਮਾਰ ਹੈ ਜਾਂ ਕਿਸੇ ਬਜ਼ੁਰਗ ਹੈ, ਕੋਈ ਡੈਥ ਹੋ ਗਈ, ਕੁਛ ਹੋ ਗਿਆ, ਕੇਸ ਕਿਤੇ ਵੀ ਚਲੇ ਗਏ, ਕੁਛ ਕੋਈ ਸਿਸਟਮ ਨਹੀਂ, ਸਮਝ ਤੋਂ ਬਾਹਰ। ਪਤਾ ਲੱਗਿਆ ਕਿੰਨੀ ਕੁ ਦੇਰ ਤਾਈਂ ਪਹੁੰਚੋਗੇ? ਕੋਈ ਆਈਡੀਆ ਨਹੀਂ, ਹੁਣ ਤਾਂ ਨਵਾਂ ਰਸਤਾ, ਹੁਣ ਕਿੱਥੋਂ ਬੰਦ ਹੋਵੇ ਕਿੱਥੋਂ ਖੁੱਲ੍ਹਾ, ਕੋਈ ਆਈਡੀਆ ਨਹੀਂ, ਹੁਣ ਤੁਰੇ ਜਾਂਦੇ ਸੀ ਅਤੇ ਕੋਈ ਇਹਦੇ ਬਾਰੇ ਕਹਿ ਨਹੀਂ ਸਕਦੇ। ਬਿਲਕੁਲ,
देखो ये जो लोग ने अपनी मंजिल पर पहुँचना चाहते हैं लेकिन जिते रूट डाइवर्ट किया हुआ उत्थे कितना कितने परेशानी भी आ रही है लोगों को। और क्योंकि जोड़ा ये रूट डाइवर्ट किया पिंडा में हो के अगर कोई डगरू जाके निकलता तो फिर उस समस्या का सामना करना पै सकता है क्योंकि अगे डगरू किसान बैठे हुए उत्तों अगे जाना फिर मुश्किल है। फिर तू वापस आना पेगा वापस आके पिंडा में फिर तू सलीने जाना पेगा सलीने तो मोगा होकर तू लुधियाना जाना पेगा। इतने कितना कितने समस्या जरूर आ रही है होर लोग ने इन्होंने गल कर रहे हैं। ब्रदर कितों आ रहे हो तुम और कि जगह जाना? लुधियाना जाना जी। लुधियाना जाना है किन्ना तुम्हें लग रहा है कि अगर किसान जो बैठे ने हम रूट डाइवर्ट कर दिता कि समा लग जाएगा कि परेशानी आएगी? अप्रोक्सीमेटली 2-2.5 घंटे लग जाएंगे बाकी जाके हम मौके का पता लगेगा जी कि इतों रूट डाइवर्ट किया तुम्हें पता कि पिंड चो जाना है? नहीं पुछते हैं जी हम खड़े उन्होंने तो पुछते हैं काइंडली किधरों निकलोंगे जी। देखो ये पिंडा दे विच दी हो के दौलतपुरा जाएगा दौलतपुरा तो तुम डगरू नहीं जाना दौलतपुरा तो तुम सलीना जाना है क्योंकि अगर डगरू जाओगे फिर अगर किसान बैठे है उत्थों तुम्हें फिर वापस मुड़ना पेगा तुम सलीना विच दी जाओगे तो मोगा पहुँच सकते हो अगर अपनी मंजिल पर। ठीक ठीक है। परेशानी कितनी आती है? परेशानी हम परेशानी रहेंगे जी कितने 2 घंटे पहुँच जाएगा जी हम ज़्यादा टाइम लगेगा बच्चे नाल है छोटे छोटे। बिल्कुल फैमिली दे नाल है परेशानी तुसी देख सकते हो कि कितनी आती है क्योंकि जदों आपां एक मंजिल तो दूजी मंजिल से जाना हुंदा तो आपां नूं एक हाईवे का पता हुंदा कि ये हाईवे फलानी जगह जाता है तो सीधा हाईवे तो अं पहुँच जाना तो जदों तुहानूं पिंडां दे विच दी हो के डाइवर्शन मिलती है तो कि पिंड दे विच जाना अगर नेविगेशन भी लाना कई बार तुहानूं वह भी गलत रास्ते लै जांदा लेकिन दिक्कत जिहड़ी है बहुत आती है क्योंकि हुण जिस तरह लोग पिंडां दे विच दी जांदे आ एक दे पिछे एक गड्डियां लै के गां दी गां तुरे जांदे आ लेकिन गां जाके कित्थे निकलना है किसी नूं नहीं पता हुंदा क्योंकि जदों एक गड्डी जाती है तो वह पिछे बाकी गड्डियां लग जांदियां। जिस तरह असी भी कोशिश की है इन्हां लोगों नूं समझाण दी जिहड़े फिरोजपुर तो मोगा जाना चाहते हैं या लुधियाना जाना चाहते हैं कि अगर इधर पिंडा विच दी जाणगे तो दौलतपुरे तो सीधा सलीने होकर निकलणगे क्योंकि अगर दौलतपुरे तो डगरू जाते हैं तो फिर किसानों के धरने का सामना करना पै सकता तो फिर मुड़ना पै सकता उस तो बेहतर है कि पहला ही तुसीं दौलतपुरा तो सलीना दी होकर मोगा और लुधियाना जा सकते हो। किसान दीपक सिंगला न्यूज़ 8 मोगा।